ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਦੇਖੋ ਜੀ ਫਾਰਮਰ بارش ਇੰਨੀ ਕੁ ਹੋਈ ਆ ਕਿ ਮਕਈ ਬਿਲਕੁਲ ਡੁੱਬ ਗਈ ਆ 14-15 ਹਜ਼ਾਰ ਦਾ ਬੀਜ ਸੀ ਉਹਾਈ ਸੀ ਟੂਬਲ ਦਾ ਪਾਣੀ ਸੀ ਲਵਾਈ ਸੀ ਤੇ ਥੱਲੇ ਖਾਦ ਵੀ ਪਾਈ ਸੀ ਇਹ ਸਾਰੇ ਜਿਹੜੇ ਆ ਨਾ ਅਗਰ ਦੇਖੀਏ ਤੇ ਕਿੱਲੇ ਤੇ ਕੋਈ 70 60 70 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਵਾ ਬੀਜਣ ਬੀਜਣ ਤੇ ਅਗਰ ਅੱਛਾ ਬੀਜ ਤੁਸੀਂ ਲਾਉਨੇ ਆ ਸੰਜੈਂਟਾ ਦਾ ਜਾਂ ਤੁਸੀਂ ਇਹਦਾ ਪਾਈਨੀਅਰ ਦਾ ਇਹ ਆਇਆ ਮੌਨਸੂਨਟੋ ਦਾ ਤੇ ਹੁਣ ਫਾਰਮਰ ਨੂੰ ਪੁੱਛਦੇ ਆਂ ਵੀ ਉਮੀਦਾਂ ਤਾਂ ਸਾਰੀਆਂ ਖਤਮ ਆ ਤੇ ਹੁਣ ਕੀ ਕਰਦਾ ਫਿਆ ਆਂ ਅਸਲਾਮੁਅਲੈਕਮ ਜੀ ਵਅਲੈਕਮ ਸਲਾਮ ਇਹ ਕਿਵੇਂ ਅੱਜ ਚੁੰਡੀ ਆਈਆਂ ਪਾਈਆਂ ਨਾ ਵਾ ਯਾ ਇੱਕ ਮੱਕੀ ਜੇ ਵੈਸੇ ਉਹ ਡੁੱਬ ਗਈ 6-4 ਜਿਆ ਕੰਮ ਰਿਸਕ ਲੈਣੇ ਜੇ ਅੱਲਾ ਨੇ ਸਿਰ ਲਾਤਾ ਦਾ ਅੱਛਾ ਤੇ ਰਿਸਕ ਕਾਦਾ ਲੈ ਰਹੇ ਆਂ ਬਈ ਅੱਲਾ ਕਰੇ ਉਹ ਆਵਦਾ ਖਰਚਾ ਮਰਚਾ ਜੇ ਤੋੜਿਓ ਪੂਰੀ ਰੱਖਦੇ ਆਂ ਹਾਂ ਬਈ ਇਹ ਨਾ ਅੱਲਾ ਕਰੇ ਜੇ ਮਿਹਨਤ ਪੱਲੇ ਪੂਰੀ ਹੋ ਜੇ ਨਹੀਂ ਨਹੀਂ ਪਾਖ ਹੀ ਰਿਆਂ डानेदारिया अच्छा दाणेदार जहर ਤੇ दाणेदार जहर ਇਹਨੂੰ ਕੀ ਕਰੂਗੀ ਪੋਰਾ ਪੋਰਾ ਨੂੰ ਉਹ ਬਸ ਇੰਨਾ ਨਾ ਵੀ ਜੀ ਕੀੜਾ ਮਕੌੜਾ ਹੋਵੇ ਆ ਤੇ ਤੂੰ ਮਾਰ ਜੂਆ ਤੇ ਇਹ ਕੋਤੁਰ ਪੂਰੀ ਪੋਰਾ ਲਓ ਜੀ ਗੱਲ ਦਾ ਲੁਬੇ ਲਬਾਬ ਆ ਕਿ ਆਖਰੀ ਦਮ ਤੱਕ ਕਿਸਾਨ ਮਿਹਨਤ ਕਰਦਾ ਕਿ ਸ਼ਾਇਦ ਮੇਰੀ ਇਹ ਡੁੱਬੀ ਹੋਈ ਫਸਲ ਤਰ ਜਾਵੇ ਤੇ ਤਰ ਜਾਵੇ ਤੇ ਇਹ ਦੇਖੋ ਨਾ ਹੌਸਲਾ ਨਹੀਂ ਹਾਰਨਾ ਚਾਹੀਦਾ ਤੇ ਹਿੰਮਤ ਮਰਦਾ ਮਦਦੇ ਖੁਦਾ ਗਡ ਹੈਲਪਸ ਦੋਜ਼ ਹੂ ਹੈਲਪ ਥੈਮਸੈਲਵਜ਼ ਖੁਦਾ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਆ ਤੇ ਚਲੋ ਕੁਛ ਨਾ ਕੁਛ ਨਾ ਹੋਊਗਾ ਤੇ ਚਲੋ ਉਸ ਨੂੰ ਚੱਬਣ ਯੋਗੀਆਂ ਛੱਲੀਆਂ ਹੀ ਸਹੀ ਆਹਨ ਵੇਖ ਲੋ ਤੁਹਾਡੇ ਸਾਹਮਣੇ ਪਾਣੀ ਵਿੱਚ ਖੜਾ ਵਾ ਤੇ ਗਿੱਟੇ ਗੋਡੇ ਜਿਹੜੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਆ ਔਰ ਪਾਣੀ ਦੇ ਵਿੱਚ ਹੀ ਦਾਣੇਦਾਰ ਜ਼ਹਿਰ ਜਿਹੜੀ ਆ ਉਹ ਪਾਈ ਜਾ ਰਹੀ ਹੈ